ਸਤਿ ਸ਼੍ਰੀ ਅਕਾਲ ਦੋਸਤੋ, ਨਵੇਂ ਬਲੌਗ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਮੈਂ ਹਾਂ ਲਖਪਤ ਦੀ ਉਸ ਬੰਦਰਗਾਹ 'ਤੇ ਜਿੱਥੋਂ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੇ ਦੌਰਾਨ ਮੱਕੇ ਨੂੰ ਗਏ ਸੀ। ਇਹ ਉਹ ਜਗ੍ਹਾ ਮੰਨੀ ਜਾਂਦੀ ਹੈ ਜਿੱਥੋਂ ਉਹਨਾਂ ਨੇ ਇੱਥੋਂ ਸ਼ਿਪ ਲਿਆ ਸੀ, ਮਤਲਬ ਜਹਾਜ਼ ਲਿਆ ਸੀ, ਸਮੁੰਦਰੀ ਜਹਾਜ਼ 'ਤੇ ਉੱਧਰ ਗਏ ਸੀ। ਇਹ ਸਾਰਾ ਲਖਪਤ ਟਾਊਨ ਹੈ, ਮੇਰੇ ਪਿੱਛੇ ਲਖਪਤ ਟਾਊਨ ਦਿਖ ਰਿਹਾ। ਅਤੇ ਇੱਥੇ ਲਖਪਤ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੀ ਹੈ ਜਿਹੜਾ ਕਿ ਦੁਨੀਆ ਦਾ ਸਭ ਤੋਂ ਸਿੱਖਿਜ਼ਮ ਦੇ ਇਤਿਹਾਸ 'ਚ ਸਭ ਤੋਂ ਪੁਰਾਣਾ ਮਤਲਬ ਗੁਰਦੁਆਰਾ ਮੰਨਿਆ ਜਾਂਦਾ ਹੈਗਾ। ਅਤੇ ਇਹਨੂੰ ਯੂਨੈਸਕੋ ਵਰਲਡ ਹੈਰੀਟੇਜ ਹੈ ਜਿਹੜੀ, ਉਸ ਤੋਂ ਇਹ ਮਤਲਬ ਉਹਦੇ ਨਾਲ ਰਜਿਸਟਰਡ ਵੀ ਹੈ। ਇਧਰਲੇ ਪਾਸੇ ਉਹ ਸਮੁੰਦਰ ਹੈ ਜਿੱਥੋਂ ਗੁਰੂ ਸਾਹਿਬ ਨੇ ਜਹਾਜ਼ ਲਿਆ। ਇੱਥੇ ਇੱਕ ਬੰਦਰਗਾਹ ਹੋਇਆ ਕਰਦੀ ਸੀ, ਪਰ ਇਹ ਸਮੁੰਦਰ ਹੁਣ ਸੁੱਕ ਚੁੱਕਿਆ ਹੈਗਾ। ਅਤੇ ਇੱਥੋਂ ਗੁਰੂ ਸਾਹਿਬ ਪਹਿਲਾਂ ਕਰਾਚੀ ਗਏ, ਕਰਾਚੀ ਤੋਂ ਫਿਰ ਗੁਰੂ ਸਾਹਿਬ ਮੱਕੇ ਮਦੀਨੇ ਵੱਲ ਗਏ। ਇਹ ਸਾਰਾ ਉਹ ਸਮੁੰਦਰ ਹੈ। ਸਿੰਧ ਨਦੀ ਕਦੋਂ ਦੀ ਇੱਥੇ ਵਗਦੀ ਹੁੰਦੀ ਸੀ, ਅਤੇ ਇਹ ਅਰਬੀਅਨ ਸੀ ਹੈ, ਸਾਰਾ ਅਰਬੀਅਨ ਸੀ ਦਾ ਪਾਰਟ ਹੈ ਇਹ। ਮੇਰੇ ਨਾਲ ਮੇਰਾ ਦੋਸਤ ਲਿਆਕਤ ਅਲੀ, ਜੋ ਕਿ ਗੁਜਰਾਤ ਟੂਰਿਜ਼ਮ 'ਚ ਗਵਰਨਮੈਂਟ ਆਫ ਗੁਜਰਾਤ ਵੱਲੋਂ ਇੱਕ ਟੂਰ ਗਾਈਡ ਲਈ ਕੰਮ ਕਰਦਾ ਹੈਗਾ। ਅਤੇ ਇਹਦਾ ਇਹੀ ਪਿੰਡ ਹੈ ਲਖਪਤ, ਹੈ ਲਖਪਤ ਟਾਊਨ ਤੋਂ। ਅਤੇ ਇਹ ਤੋਂ ਆਪਾਂ ਸਾਰਾ ਇਹਦਾ ਹਿਸਟਰੀ ਪੁੱਛਦੇ ਹਾਂ, ਲਖਪਤ ਦੀ ਹਿਸਟਰੀ ਪੁੱਛਦੇ ਹਾਂ, ਇਸ ਬੰਦਰਗਾਹ ਦੀ ਹਿਸਟਰੀ ਪੁੱਛਦੇ ਹਾਂ ਕਿ ਇਹਦਾ ਇਤਿਹਾਸ ਕੀ ਸੀ, ਗੁਰੂ ਸਾਹਿਬ ਇੱਥੋਂ ਗਏ ਸੀ ਕਿ ਨਹੀਂ। ਲਿਆਕਤ ਆਪ ਬਤਾਓ ਯਾਰ, ਇਸ ਕੇ ਬਾਰੇ ਮੇਂ ਕਿ ਇਹ ਫੋਰਟ ਕੈਸਾ ਹੈ, ਸਭ ਕੁਛ। ਅਭੀ ਹਮ ਫਿਲਹਾਲ ਲਖਪਤ ਫੋਰਟ ਕੇ ਉੱਪਰ ਹੈ। ये वन ऑफ द वेस्टर्न इंडिया का लास्ट टाउन है। यहाँ पे इस साइड जो है अरेबियन सी है पूरा, और फिर यहाँ पे मतलब पाकिस्तान आ जाता है। और यहाँ पे जो हमारे बिहाइंड में जो है वो लखपत पूरा टाउन है, जहाँ पे गांव लोग रहते हैं। तो यहाँ पे पहले जो आपको दिख रहा है ये पूरा डेजर्ट वाला इलाका, यहाँ पे बंदरगाह हुआ करती थी, ठीक है। तो 1700-1800 के टाइम पे यहाँ पे मतलब बड़े बड़े जहाज चलते थे, फिर ट्रैवलिंग होता था, फिर बड़े बड़े शिप चलते थे। तो ये वाली जगह पूरी मतलब बंदरगाह थी ये। जी हाँ, बंदरगाह थी, ठीक है। तो लखपत फोर्ट ये कब बनाया? 1801 में ये लखपत का फोर्ट बनाया गया। उसके बाद 1819 में एक भूचाल आया, जिसकी वजह से पूरा बंदरगाह जो थी वो तहस नहस हो गई, टूट गई, जिसकी वजह से बिजनेस सब टूट गए, और उसकी वजह से फिर लोग यहाँ से माइग्रेशन करने के लिए लगे। तो ये अभी ये समुंदर सूख क्यों गया है? ये सूखा हुआ है सारा समुंदर है, यही ऐसे तो नहीं लगता कि यहाँ बंदरगाह हुआ करती कैसे। अभी जैसे वो अर्थक्वेक है ना, उसमें ऐसा बताते हैं कि वो यहाँ की जो लखपत की जमीन थी, लैंड थी, वो भूचाल की वजह से इतनी ऊपर आ गई। और ऐसा बताते हैं कि वहाँ पे एक अल्लाह बंद करके ऐसा पूरा मतलब जमीन जैसा हो गया। तो उसकी वजह से जो सिंधु नदी का पानी था, सिंधु नदी थी, वो वहाँ पाकिस्तान चली गई और यहाँ पे पूरा ऐसा जमीन हो गया है। अच्छा, ऐसा बताते हैं कि उस टाइम पे सिंधु नदी यहाँ से गुजरती थी और उसका पानी इतना मीठा था कि यहाँ रेड राइस, लाल चावल की खेती होती थी। और यहाँ से ये जो फसल थी दूसरे देशों में, गल्फ कंट्रीज में भी यहाँ से जहाजों से भेजा करते थे। यहाँ से जहाज चल के गल्फ कंट्रीज तक जाया करते थे। जी हाँ, जी हाँ। उसी में गुरु साहब यहाँ से वहाँ तक गए, मक्के गए थे मक्के। उसमें बाबा फिर मक्के गया, नील वस्त्र धारे बनवारी। ਯਾਰ ਵਾਹ, ਤੈਨੂੰ ਤਾਂ ਯਾਰ ਬਾਈ ਸਾਰਾ ਕੁਛ ਆਉਂਦਾ। ਗੁਜਰਾਤ ਨੇ ਪੰਜਾਬ ਟੂਰਿਜ਼ਮ 'ਚ ਵੀ ਕੰਮ ਕਰ ਸਕਦਾ। ਜੀ ਜੀ, ਹਮੇ ਪੰਜਾਬੀ ਵੀ ਆਤੀ ਹੈ, ਊੜਾ ਏੜਾ ਏੜੀ ਸਸਾ ਹਾ ਕਾ ਕਾ ਸਸਾ ਦਦਾ ਮਮਾ। ਇਹ ਕਮਾਲ ਹੈ ਯਾਰ ਬਾਈ, ਬਹੁਤ ਵਧੀਆ। ਲਿਆਕਤ ਭਾਈ, ਹਮ ਉਸ ਸਮੁੰਦਰ ਕੇ ਕਿਨਾਰੇ ਜਾ ਸਕਤੇ ਹੈ ਜਹਾਂ ਪੋਰਟ ਹੁਆ ਕਰਤਾ ਥਾ? ਜੀ ਹਾਂ, ਯਹਾਂ ਸੇ ਹਮ ਯੇ ਫੋਰਟ ਸੇ ਨੀਚੇ ਸੇ ਉਤਰ ਕੇ ਗੇਟ ਹੈ, ਵਹਾਂ ਸੇ ਹਮ ਨੀਚੇ ਜਾ ਸਕਤੇ ਹੈ, ਰਾਸਤਾ ਹੈ ਮਤਲਬ ਵਹਾਂ ਸੇ। ਜੀ ਹਾਂ ਜੀ ਹਾਂ। ਤੇ ਪਹਿਲਾਂ ਭਾਈ ਆਪਾਂ ਚੱਲਦੇ ਹਾਂ ਬੰਦਰਗਾਹ ਤੇ, ਜਿੱਥੇ ਸੀ ਇਸ ਤੋਂ ਬਾਅਦ ਚੱਲਾਂਗੇ ਆਪਾਂ ਗੁਰਦੁਆਰਾ ਸਾਹਿਬ। ਸਮੁੰਦਰ 'ਚ ਆ ਗਏ ਹਾਂ ਜਿਹੜਾ ਕਿ ਆਪਾਂ ਨੂੰ ਉੱਪਰੋਂ ਸੁੱਕਿਆ ਹੋਇਆ ਦਿਖਦਾ ਸੀ, ਸਾਰਾ ਇੱਥੇ ਨੂਣ ਜੰਮਿਆ ਹੋਇਆ, ਇਹ ਡੈਜ਼ਰਟ ਬਣਿਆ ਹੋਇਆ ਇੱਕ ਤਰ੍ਹਾਂ ਨਾਲ। ਸਮੁੰਦਰ ਨਹੀਂ, ਇਹਨੂੰ ਡੈਜ਼ਰਟ ਕਹਿ ਸਕਦੇ ਹਾਂ। ਸਮੁੰਦਰ ਯਹਾਂ ਸੇ ਕਿਤਨੀ ਦੂਰ ਹੈ ਬਾਈ? ਯਹਾਂ ਸੇ 6-7 ਕਿਲੋਮੀਟਰ ਕੀ ਦੂਰੀ ਪੇ ਹੈ। ਅੱਛਾ, ਇਹ ਸਾਹਮਣੇ ਸਮੁੰਦਰ ਹੈ। ਅੱਛਾ, 6 ਕਿਲੋਮੀਟਰ ਕਾ ਏਰੀਆ ਜੇ ਅਭੀ ਸੁੱਕ ਗਿਆ ਹੈ? ਹਾਂ, ਇਹ ਪੂਰਾ ਸੁੱਕ ਗਿਆ ਹੈ। ਉਸ ਟਾਈਮ ਪੇ ਭੂਚਾਲ ਆਇਆ, ਤਬ ਜੋ ਬੰਦਰਗਾਹ ਥੀ ਤਹਿਸ ਨਹਿਸ ਹੋ ਗਈ।
तो ये पूरी लैंड ऊपर आ गई, सिंधु नदी पूरी चली गई और ये पूरा यहाँ का इलाका डेजर्ट बन गया। अच्छा, ये बंदरगाह यही हुआ करती थी मतलब? तो ये पूरा यही इलाका है, यहाँ से थोड़ा आगे जाके लखपत का जो मेन बंदरगाह था वो वहाँ पे था। अच्छा, समुद्र वही है, यही एरिया है जहाँ पे अभी हम खड़े है। ठीक है। ए भाई, इतने समुद्र हुंदा सीगा ते समुद्र दा पानी किले दी इधर कंधा नूं टच करदा हुंदा सीगा ते ए सूखा कैसे, मीन आपने बताया था अर्थक्वेक आया 1819 दे विच इक वड्डा अर्थक्वेक आया जिहदे नाल ए धरती उपर आ गई, यहां से उपर चला गया था जी। हां, ये सिंधु नदी यहां से गुजरती थी लेकिन भूचाल की वजह से यहां की लैंड उपर आ गई और जो पूरा पानी था वो पाकिस्तान की तरफ चला गया। जो बंदरगाह तबाह हुआ मीन वो 1819 में हुआ जी? जी, 1819 तक वो बंदरगाह था जी। 1819 तक वो बंदरगाह मौजूद सी भाई, उदू 1819 च भूचाल आने के कारण वो बंदरगाह तबाह हो गई जिदे करके सारे धरती उपर आ गई ते इत्थे हुण समुंदर भी सुक गया, 6 किलोमीटर का एरिया पूरा सुका होया ते हुण इत्थे पानी नहीं वगदा, इत्थों 6 किलोमीटर अंदर जाके समुंदर हैगा। असीं अगे भी जाना सीगा इत्थों बट वो पिछे BSF की चौंकी आ उहदे किले के बिल्कुल कॉर्नर ते, वो सानूं अगे जाण नहीं दे रहे। इत्थों अगे थोड़ी अगे दलदल है, मैं थोड़ा देख के भी आया सीगा, इत्थे तक तां जा सकदे आ। इत्थों 6 किलोमीटर अगे समुंदर आ जांदा हैगा फिर अगे साइड पाकिस्तान का बॉर्डर लगता जो मेन बॉर्डर है वो इतों 30 किलोमीटर है। इस साइड कराची पैंदा, पहले इतों कराची नूं पोर्ट होया करता सीधे शिप इधर नूं चलिया करते, हुण तां नहीं है, हुण समुंदर नहीं है, कोई इतने शिप नहीं चलते, किसी टाइम पहला चलते होणगे। तो हुण आपां गुरद्वारा साहब नूं चलते, गुरद्वारा साहब देखांगे ते उहदा इतिहास देखदे आ उत्थे किवें आ, कदों दा गुरद्वारा साहब बणिया होया। चलो चले भाई, चलो चलो। ਬਾਬਾ ਜੀ ਸਾਡੇ ਨਾਲ ਗ੍ਰੰਥੀ ਸਿੰਘ ਨੇ ਅਤੇ ਇਹਨਾਂ ਨੂੰ ਆਪਾਂ ਪੁੱਛਦੇ ਹਾਂ ਕਿ ਇਮਾਰਤ ਬਾਰੇ ਜਾਂ ਇਹ ਗੁਰਦੁਆਰਾ ਸਾਹਿਬ ਬਾਰੇ। ਬਾਬਾ ਜੀ, ਇਹਦਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਮਤਲਬ ਇਤਿਹਾਸਿਕ ਹੈ? ਇਤਿਹਾਸਿਕ, ਗੁਰੂ ਨਾਨਕ ਪਾਤਸ਼ਾਹ ਜੀ ਦੀ ਚੌਥੀ ਉਦਾਸੀ ਕਹਿ ਲਓ ਜਾਂ ਧਰਮ ਪ੍ਰਚਾਰ ਯਾਤਰਾ ਕਹਿ ਲਓ, ਭਾਈ ਮਰਦਾਨੇ ਜੀ ਹੋਰਾਂ ਦੇ ਕਹਿਣ 'ਤੇ ਮਹਾਰਾਜ ਇੱਥੇ ਆਉਂਦੇ ਨੇ ਸਾਊਦੀ ਅਰਬ ਨੂੰ ਜਾਂਦੇ ਸਮੇਂ। ਬੇਸਿਕ ਇਹ ਇਮਾਰਤ ਕਿਸੇ ਦਾ ਘਰ ਹੈ, ਇਸ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਆ ਕੇ ਰੁਕਦੇ ਨੇ। ਠੀਕ ਹੈ ਜੀ। ਤੇ ਬਾਬਾ ਜੀ, ਇਹ ਜਗ੍ਹਾ ਉਹੀ ਹੈ ਜਾਂ ਬਦਲ ਗਈ, ਮਤਲਬ ਜਿਹੜਾ ਕਿਸੇ ਦਾ ਘਰ ਤੁਸੀਂ ਕਹਿੰਦੇ ਹੋ ਘਰ ਹੁੰਦਾ ਸੀ? ਇਹ ਉਹੀ ਪੁਰਾਤਨ ਘਰ ਹੈ ਜਿਸ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਰੁਕਦੇ ਆ ਔਰ ਚਰਨ ਛੋਹ ਪ੍ਰਾਪਤੀ ਸਥਾਨ ਹੈ ਗੁਰੂ ਨਾਨਕ ਪਾਤਸ਼ਾਹ ਜੀ। ਇਹ ਕਿੰਨਾ ਟਾਈਮ ਪੁਰਾਣੀ ਇਮਾਰਤ ਹੈ ਜੀ? ਇਹ ਜਦੋਂ ਮਹਾਰਾਜ 1519 ਤੋਂ 21 ਦੇ ਵਿਚਕਾਰ ਉਹਨਾਂ ਦੀ ਚੌਥੀ ਉਦਾਸੀ ਹੈ ਉਸ ਸਮੇਂ ਆ ਕੇ ਮਹਾਰਾਜ ਇੱਥੇ ਰੁਕਦੇ ਨੇ ਕੁਛ ਦਿਨ। ਇਹਦਾ ਆਪਣੇ ਕੋਲ ਕੋਈ ਜਿਵੇਂ ਇਮਾਰਤ ਦਾ ਵੈਸੇ ਦੇਖਣ ਨੂੰ ਤਾਂ ਅੰਦਰੋਂ ਮੈਂ ਦੇਖ ਕੇ ਆਇਆ, ਸਾਰਾ ਬਹੁਤ ਪੁਰਾਤਨ ਪੁਰਾਣੀ ਲੱਗ ਰਹੀ ਹੈ ਇਮਾਰਤ। ਹਾਂਜੀ, ਇਹ ਇਮਾਰਤ ਯੂਨੈਸਕੋ ਸਨਮਾਨਿਤ ਹੈ, ਯੂਨੈਸਕੋ ਦੁਆਰਾ ਇਹਨੂੰ ਹੈਰੀਟੇਜ ਅਵਾਰਡ ਮਿਲ ਗਿਆ, ਮੰਨ ਕੇ ਯੂਨੈਸਕੋ ਦੇ ਵਿੱਚ ਰਜਿਸਟਰਡ ਹੋਈ ਹੋਈ ਹੈ ਇਮਾਰਤ ਜਿਹੜੀ। ਅੱਛਾ, ਆਰਕੀਓਲੋਜੀਕਲ ਜਿਹੜਾ ਡਿਪਾਰਟਮੈਂਟ ਹੁੰਦਾ ਆਪਣਾ ਜਿਵੇਂ ਪੁਰਾਤਤਵ ਵਿਭਾਗ ਹੁੰਦੇ ਹਨ, ਉਹਨਾਂ ਕੋਲ ਕੋਈ ਇਹਦਾ ਹੈਗਾ ਰਿਕਾਰਡ ਦੇ ਵਿੱਚ? ਬਿਲਕੁਲ ਰਜਿਸਟਰਡ ਹੋਈ ਹੋਈ ਹੈ। ਤੇ ਇੱਥੇ ਜਿਵੇਂ ਇਹ ਗੁਰਦੁਆਰਾ ਸਾਹਿਬ ਇੱਥੇ ਕਦੋਂ ਬਣਿਆ ਜੀ, ਕਿਵੇਂ ਬਣਿਆ? ਇਹਦੀ ਜਿਵੇਂ ਇਮਾਰਤ ਤਾਂ ਤੁਸੀਂ ਦੱਸਤਾ ਵੀ ਇੰਨੀ ਪੁਰਾਣੀ ਹੈ, ਹੈ ਨਾ, ਤੇ ਇੱਥੇ ਗੁਰਦੁਆਰਾ ਸਾਹਿਬ ਕਿਵੇਂ ਬਣਿਆ?
ਜਿੱਦਾਂ ਗੁਰੂ ਨਾਨਕ ਪਾਤਸ਼ਾਹ ਇੱਥੇ ਆਉਂਦੇ ਆ, ਜਿਹਨਾਂ ਦਾ ਘਰ ਸੀ ਉਹਨਾਂ ਨੇ ਆਪਣਾ ਘਰ ਛੱਡ ਦਿੱਤਾ, ਕਹਿੰਦੇ ਵੀ ਉਦਾਸੀ ਪਰੰਪਰਾ ਦੇ ਮੁਤਾਬਕ ਜਿੱਦਾਂ ਬਾਬਾ ਸ੍ਰੀ ਚੰਦ ਜੀ ਇਹਨਾਂ ਦੇ ਜੋ ਵੀ ਸੀ ਵੰਸਕ ਵਗੈਰਾ ਜੋ ਇਹਨਾਂ ਦੇ ਪੈਰੋਕਾਰ ਸੀਗੇ, ਉਹ ਆ ਕੇ ਇਸ ਜਗ੍ਹਾ ਨੂੰ ਲੱਭਦੇ ਆ, ਫਿਰ ਇਹਨੂੰ ਇੱਕ ਟਿਕਾਣਾ ਬਣਾਉਂਦੇ ਆ, ਫਿਰ ਹੌਲੇ ਹੌਲੇ ਟਿਕਾਣੇ ਤੋਂ ਮਤਲਬ ਉਦਾਸੀਆਂ ਨੇ ਇਹ ਜਗ੍ਹਾ ਲੱਭੀ ਆ, ਤੁਹਾਡੇ ਕਹਿਣ ਦਾ ਮਤਲਬ ਇਹ? ਹਾਂਜੀ। ਤੇ ਉਦਾਸੀ ਤਾਂ ਜੀ ਜਿੱਥੇ ਜਿੱਥੇ ਗਏ ਆ ਉੱਥੇ ਮਤਲਬ ਆਪਾਂ ਨੂੰ ਧੂਣੇ ਹੁੰਦੇ ਆ ਉਦਾਸੀਆਂ ਦੇ, ਇੱਥੇ ਕੋਈ ਧੂਣਾ ਹੋਵੇ ਜਿਵੇਂ ਤੁਸੀਂ ਕਿਹਾ ਇੱਥੇ ਉਦਾਸੀ ਆਏ, ਉਦਾਸੀਆਂ ਨੇ ਲੱਭਿਆ ਹੈ ਨਾ ਇਹ ਜਗ੍ਹਾ। ਹਾਂਜੀ। ਜਿੱਦਾਂ ਇਸ ਸਥਾਨ ਤੇ ਦੋ ਨਿਸ਼ਾਨ ਸਾਹਿਬ ਹੈਗੇ ਆ, ਇੱਕ ਵੱਡਾ ਇੱਕ ਛੋਟਾ। ਹਾਂਜੀ। ਜਿਹੜਾ ਛੋਟਾ ਨਿਸ਼ਾਨ ਸਾਹਿਬ ਆ ਇੱਥੇ ਵੀ ਉਦਾਸੀਆਂ ਦਾ ਧੂਣਾ ਹੋਇਆ ਕਰਦਾ ਸੀ, ਹਾਂਜੀ, ਹਟਾ ਕੇ ਇੱਥੇ ਨਿਸ਼ਾਨ ਸਾਹਿਬ ਲਾਇਆ ਗਿਆ। ਅੱਛਾ, ਇੱਥੇ ਉਦਾਸੀਆਂ ਦਾ ਇਹ ਨਿਸ਼ਾਨ ਸਾਹਿਬ ਦੇ ਥੱਲੇ ਉਦਾਸੀਆਂ ਦਾ ਧੂਣਾ ਹੋਇਆ ਕਰਦਾ ਸੀ। ਕਦੋਂ ਦੀ ਗੱਲ ਆ ਜੀ, ਮਤਲਬ ਕਦੋਂ ਹਟਾਇਆ ਗਿਆ ਉਹਨੂੰ? ਇਹ ਤਾਂ ਤਕਰੀਬਨ ਅੱਜ ਤੋਂ ਕੋਈ 55 ਜਾਂ 50 ਸਾਲ ਦੇ ਏੜ ਗੇੜੇ ਚ ਹੋਊਗਾ ਵੀ ਹੁਣ ਤੱਕ। ਅੱਛਾ, ਮਤਲਬ ਇਹ ਤੁਹਾਨੂੰ ਇਸ ਤਰ੍ਹਾਂ ਦਾ ਮਤਲਬ ਕਿਵੇਂ ਪਤਾ ਵੀ ਇੱਥੇ ਧੂਣਾ ਹੋਇਆ ਕਰਦਾ ਸੀਗਾ? ਇਹ ਮਤਲਬ ਜਿਹੜੇ ਪਹਿਲੋਂ ਦੇ ਸੇਵਾਦਾਰ ਸੀਗੇ ਉਹਨਾਂ ਨੇ ਕੁਛ ਲਿਖਤੀ ਰੂਪ ਵਿੱਚ ਲਿਖਿਆ ਹੈ, ਬਾਕੀ ਇੱਕ ਦੋ ਵਾਰ ਝਗੜੇ ਜੀ ਵਾਲੀ ਵੀ ਗੱਲ ਹੋਈ ਆ, ਹਾਂਜੀ, ਨਿਸ਼ਾਨ ਸਾਹਿਬ ਦੇ ਜਿਹੜੇ ਉੱਤੇ ਖੰਭ ਲਾ ਦਿਆ ਕਰਦੇ ਸੀਗੇ, ਅੱਛਾ, ਇਸ ਨਿਸ਼ਾਨ ਸਾਹਿਬ ਉੱਤੇ ਖੰਡਾ ਲੱਗਿਆ ਹੋਇਆ, ਉੱਥੋਂ ਮਤਲਬ ਇੱਕ ਦੋ ਵਾਰ ਤਕਰਾਰ ਹੋਣ ਕਰਕੇ ਪਤਾ ਚੱਲ। ਤੁਸੀਂ ਬਾਬਾ ਜੀ ਪੰਜਾਬ ਤੋਂ ਗਏ ਜਾਂ ਕਿੱਥੋਂ ਤੁਸੀਂ ਮਤਲਬ? ਬੇਸਿਕ ਅਸੀਂ ਲੋਕਲ ਇੱਧਰ ਵੀ ਹੈਗੇ ਆ, ਸਾਡਾ ਇੱਥੇ ਅੱਛਾ ਜੀ ਪਿੰਡ ਪੈ ਜਾਂਦਾ। ਅੱਛਾ, ਇੱਥੇ ਮਤਲਬ ਮੈਨੇਜਮੈਂਟ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਿਹਦੇ ਹੱਥ ਹੈਗੀ ਹੈ? ਉਹ ਲੋਕਲ ਕਮੇਟੀ ਬਣੀ ਹੋਈ ਆ, ਜਿੱਦਾਂ ਜੋ ਵੀ ਗੁਜਰਾਤ ਦੇ ਵਿੱਚ ਆਪਣੇ ਸਿੱਖ ਪਰਿਵਾਰ ਰਹਿ ਰਹੇ ਨੇ। ਅੱਛਾ ਜੀ, ਇੱਥੇ ਪੰਜਾਬੀ ਪਰਿਵਾਰ ਇੱਧਰ ਨੂੰ ਆਉਂਦੇ ਜੀ, ਮਤਲਬ ਇੱਥੇ ਪੰਜਾਬੀ ਪਰਿਵਾਰ ਜਿੱਦਾਂ ਵੀ ਕੋਈ ਰਿਸ਼ਤੇਦਾਰ ਆਉਂਦਾ ਜਾਂ ਕੋਈ ਪ੍ਰੋਗਰਾਮ ਹੋਵੇ ਜਾਂ ਕੋਈ ਕਿਸੇ ਦਾ ਵਿਆਹ ਜਾਂ ਉਹ ਫਿਰ ਇੱਥੇ ਜ਼ਰੂਰ ਦਰਸ਼ਨਾਂ ਵਾਸਤੇ ਆਉਂਦੇ ਆ ਇਸ ਸਥਾਨ ਤੇ। ਅੱਛਾ, ਵੈਸੇ ਇੱਥੇ ਹੈ ਨਹੀਂ? ਹਾਂਜੀ, ਵੈਸੇ ਹੈ ਨਹੀਂ। ਇਹ ਪਿੰਡ 'ਚ ਕੋਈ ਹੈਗਾ ਪੰਜਾਬੀ ਪਰਿਵਾਰ? ਪਿੰਡ 'ਚ ਨਹੀਂ ਗਏ, ਬਾਕੀ ਲਖਪਤ ਤਹਿਸੀਲ ਹੋਣ ਦੇ ਬਾਵਜੂਦ 3 ਪਿੰਡ ਨੇ ਗੇ ਇਹਦੇ ਇਰਦ ਗਿਰਦ ਜਿਹੜੇ ਰਹਿ ਰਹੇ ਨੇ। ਅੱਛਾ ਜੀ, ਤੇ ਸੰਗਤ ਆਉਂਦੀ ਰਹਿੰਦੀ ਹੈ? ਸੰਗਤ ਆਉਂਦੀ ਰਹਿੰਦੀ। ਪੰਜਾਬ ਤੋਂ ਕੋਈ ਸੰਗਤ ਜੀ ਆਉਂਦੀ ਹੈ ਜਾਂ ਨਹੀਂ? ਟੁੱਟਵੀ ਕਦੇ ਜਿਹਨੂੰ ਪਤਾ ਚੱਲ ਗਿਆ ਜਾਂ ਕੋਈ ਰਿਸ਼ਤੇਦਾਰ ਹੈਗੇ ਆ, ਹਾਂਜੀ, ਮੁਤਾਬਕ ਆਉਂਦੇ ਆ। ਠੀਕ ਹੈ ਜੀ। ਇਹ ਗੁਰਦੁਆਰਾ ਸਾਹਿਬ ਦਾ ਬਈ ਬਾਬਾ ਜੀ ਨੇ ਜਿਵੇਂ ਦੱਸਿਆ ਇਤਿਹਾਸ, ਇਹ ਕਹਿੰਦੇ 500 ਸਾਲ ਪੁਰਾਣੀ ਇਮਾਰਤ, 500 ਸਾਲ ਤੋਂ ਉੱਪਰ ਦੱਸੀ ਜਾਂਦੀ ਪੁਰਾਣੀ, 500 ਸਾਲ ਤੋਂ ਉੱਪਰ ਬਈ ਪੁਰਾਣੀ ਇਹ ਇਮਾਰਤ ਹੈ। ਅਤੇ ਤੁਸੀਂ ਇਹ ਦੇਖੋ ਵੀ ਸਾਨੂੰ ਇੱਥੇ ਆਉਣਾ ਚਾਹੀਦਾ, ਪੰਜਾਬ ਵਾਲਿਆਂ ਨੂੰ ਦੇਖਣੀ ਚਾਹੀਦੀ ਹੈ, ਕਿਉਂਕਿ ਪੰਜਾਬ 'ਚ ਤਾਂ ਸਾਡੀਆਂ ਜਿੰਨੇ ਇਮਾਰਤਾਂ ਉਹ ਤਾਂ ਜਿਵੇਂ ਆਪਾਂ ਕਹਿੰਦੇ ਹਾਂ ਬਾਬਿਆਂ ਨੇ ਜਾਂ ਕਾਰ ਸੇਵਾ ਨੇ ਜਾਂ ਕਿਸੇ ਤਰ੍ਹਾਂ ਵੀ ਡਿਸਟਰੋਏ ਕਰਤੀਆਂ, ਯੂਨੈਸਕੋ ਕੋਲ ਇਹ ਯੂਨੈਸਕੋ ਵਰਲਡ ਹੈਰੀਟੇਜ ਹੈ ਜਿਹੜੀ, ਉਹਦੇ ਕੋਲ ਇਹ ਜਗ੍ਹਾ ਰਜਿਸਟਰਡ ਹੈ, ਮਤਲਬ ਆਰਕੀਓਲੋਜੀਕਲ ਡਿਪਾਰਟਮੈਂਟ ਕੋਲ ਰਜਿਸਟਰਡ ਹੈ, ਇਹਨੂੰ ਕਿਸੇ ਤਰ੍ਹਾਂ ਇਹਨੂੰ ਤਹਿਸ ਨਹਿਸ ਨਹੀਂ ਕੀਤਾ ਜਾ ਸਕਦਾ। ਬਾਬਾ ਜੀ ਗੱਲ ਹੈਗੀ ਹੈ ਨਾ ਜਿਵੇਂ ਮਤਲਬ ਇਹਨੂੰ ਕੋਈ ਛੇੜ ਨਹੀਂ ਸਕਦਾ? ਬਿਲਕੁਲ ਬਿਲਕੁਲ, ਆਪਾਂ ਜੇ ਤਾਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕਲਰ ਡਿਫੈਕਟ ਹੋ ਚੁੱਕਿਆ ਹੈ, ਹਾਂਜੀ, ਇਹ ਆਪਾਂ ਕਲਰ ਵੀ ਨਹੀਂ ਕਰਾ ਸਕਦੇ। ਅੱਛਾ ਜੀ, ਹਾਂਜੀ, ਜੇ ਕਰਾਉਣਾ ਫਿਰ ਆਪ ਨੂੰ ਐਪਲੀਕੇਸ਼ਨ ਦੇਣੀ ਪਊਗਾ, ਉਹਨਾਂ ਦੇ ਡਿਪਾਰਟਮੈਂਟ ਤੋਂ ਆ ਕੇ ਇਹ ਸਾਰੀ ਇਹਦੀ ਰੈਨੋਵੇਟ ਵਗੈਰਾ ਕਰਨਗੇ। ਠੀਕ, ਸਾਨੂੰ ਦੇਖੋ ਚਾਹੀਦਾ ਤਾਂ ਸਿੱਖਿਜ਼ਮ 'ਚ ਇਹੀ ਸੀਗਾ, ਮਤਲਬ ਵੀ ਸਾਡੀਆਂ ਜਿਹੜੀਆਂ ਪੁਰਾਤਨ ਇਮਾਰਤਾਂ ਉਹ ਵਿਰਾਸਤਾਂ ਸਾਡੀਆਂ ਕਿਵੇਂ ਸੰਭਾਲੀਆਂ ਜਾ ਸਕਦੀਆਂ ਸੀ, ਹੈ ਨਾ। ਇਹ ਜਿਵੇਂ ਬਾਬਾ ਜੀ ਨੇ ਦੱਸਿਆ ਰੰਗ ਵੀ ਉਤਰਿਆ ਹੋਇਆ, ਇਹ ਗੱਲ ਬਿਲਕੁਲ ਸਹੀ ਹੈ, ਬਿਨਾਂ ਉਹ ਤੋਂ ਇਹ ਰੰਗ ਵੀ ਨਹੀਂ ਕਰਵਾ ਸਕਦੇ ਪਰਮੀ। ਬਾਬਾ ਜੀ ਜਿਹਨੇ ਆਉਣਾ ਹੋਵੇ ਜਿਵੇਂ ਮੰਨ ਲਓ ਕਿਸੇ ਸੰਗਤ ਨੇ ਹੋਰ ਆਉਣਾ ਹੈ, ਤਾਂ ਇੱਥੇ ਰਿਹਾਇਸ਼ ਦਾ ਪ੍ਰਬੰਧ ਕਿਵੇਂ ਹੈ ਜਾਂ ਲੰਗਰ ਪਾਣੀ ਦਾ? ਨਹੀਂ, ਲੰਗਰ ਪਾਣੀ ਤਾਂ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਕਿਰਪਾ ਚੱਲਦਾ 24 ਘੰਟੇ, ਕਦੋਂ ਵੀ ਆਵੇ। ਰੁਕਣ ਦਾ ਵੀ ਹੈ ਤਕਰੀਬਨ, ਜੇ 15-20 ਪਰਿਵਾਰ ਆਉਂਦੇ ਆ ਤਾਂ ਉਹਨਾਂ ਨੂੰ ਅਲੱਗ ਅਲੱਗ ਕਮਰੇ ਉਪਲਬਧ ਹੋ ਜਾਂਦੇ ਆ, ਜੇ ਜ਼ਿਆਦਾ ਸੰਗਤ ਆ ਜਾਵੇ ਬੀਬੀਆਂ ਜਾਂ ਭਾਈ ਉਹਨਾਂ ਨੂੰ ਅਲੱਗ ਅਲੱਗ ਕਰਕੇ ਤਕਰੀਬਨ 150 ਤੋਂ 200 ਤੱਕ ਐਡਜਸਟ ਹੋ ਸਕਦੇ ਆ ਇਸ ਸਥਾਨ। ਇਹ ਬਈ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਜਿੱਥੇ ਅਸੀਂ ਇਸ ਟਾਈਮ ਹੈਗੇ ਹਾਂ, ਅਤੇ ਇਹ ਗੁਰਦੁਆਰਾ ਸਾਹਿਬ ਕੋਲ ਕਾਫੀ ਸਾਰੀ ਮਤਲਬ ਜਿਹੜੀ ਜਗ੍ਹਾ ਹੈਗੀ ਹੈ ਖੁੱਲ੍ਹੀ ਜਗ੍ਹਾ ਹੈ, ਕਿੰਨੀ ਆਪਣੀ ਦਿਖ ਰਹੀ ਹੈ ਗੁਰਦੁਆਰਾ ਸਾਹਿਬ ਦੀ ਜ਼ਮੀਨ? ਗੁਰਦੁਆਰਾ ਸਾਹਿਬ ਦੀ ਹੈਗੀ ਆ, ਬੇਸਿਕ ਇਹ ਨਿੱਜੀ ਲੋਕਾਂ ਦੀ ਪ੍ਰੋਪਰਟੀ ਸੀ, ਪਰ ਉਹਨਾਂ ਨੇ ਸ਼ਰਧਾ ਭਾਵਨਾ ਦੇ ਵਿੱਚ ਆ ਕੇ ਬਿਨਾਂ ਪੈਸੇ ਲਏ ਇਹ ਗੁਰਦੁਆਰਾ ਸਾਹਿਬ ਨੂੰ ਸੇਵਾ ਦੇ ਵਿੱਚ ਦਿੱਤੀ ਹੋਈ ਜ਼ਮੀਨ ਦਿੱਤੀ ਹੈ। ਕਦੋਂ ਦੀ ਗੱਲ ਹੈ ਜੀ ਇਹ, ਮਤਲਬ ਇਹ ਹੌਲੀ ਹੌਲੀ ਜਿੱਦਾਂ ਸੰਗਤ ਨੂੰ ਪਤਾ ਚੱਲਦਾ ਗਿਆ, ਵੈਸੇ ਤਾਂ ਗੁਜਰਾਤੀ ਲੋਕ ਹੈਗੇ ਆ ਵੀ ਲੰਗਰ ਚੱਲਦਾ ਜੋ ਰੁਕਣ ਵਾਸਤੇ ਪ੍ਰਬੰਧ ਆ, ਪਰ ਉਹਨਾਂ ਨੇ ਕਿਹਾ ਵੀ ਸਾਡਾ ਵੀ ਇਹ ਸਹਿਯੋਗ ਹੈਗਾ, ਇੱਥੇ ਹੋਰ ਇਮਾਰਤ ਬਣਿਆ, ਰਿਹਾਇਸ਼ੀ ਕਮਰੇ ਬਣਨ ਆ ਕੇ ਸੰਗਤ ਰੁਕ ਸਕੇ। ਚਲੋ ਠੀਕ ਹੈ ਬਾਬਾ ਜੀ, ਧੰਨਵਾਦ ਜੀ। ਅਤੇ ਇਹ ਆ ਬਈ ਗੁਰਦੁਆਰਾ ਸਾਹਿਬ ਜਿਹੜੀ ਤੁਹਾਨੂੰ ਇਮਾਰਤ ਦਿਖਾਈ ਹੈ, ਅਸੀਂ ਪੁਰਾਤੱਤਵ ਵਿਭਾਗ ਕੋਲ ਅਤੇ ਯੂਨੈਸਕੋ ਵਰਲਡ ਹੈਰੀਟੇਜ ਕੋਲ ਇਹ ਇਮਾਰਤ ਰਜਿਸਟਰਡ ਹੈ, ਜਿਵੇਂ ਬਾਬਾ ਜੀ ਨੇ ਆਪਾਂ ਨੂੰ ਦੱਸਿਆ ਸੀ। ਰਹਿਣ ਦਾ ਪ੍ਰਬੰਧ ਇੱਥੇ ਹੈਗਾ, ਤੁਸੀਂ ਆ ਸਕਦੇ ਹੋ, ਇੱਥੇ ਰਹਿ ਸਕਦੇ ਹੋ। ਜਿਹੜਾ ਇਹ ਲਖਪਤ ਸ਼ਹਿਰ ਹੈ, ਭੁੱਜ ਤੋਂ ਤਕਰੀਬਨ 150 ਕਿਲੋਮੀਟਰ ਹੈ, ਲਾਸਟ ਟਾਊਨ ਹੈਗਾ ਇੰਡੀਆ ਦਾ, ਅਤੇ ਇਸ ਤੋਂ ਬਾਅਦ ਬਾਰਡਰ ਆ ਜਾਂਦਾ ਪਰਾਂ ਵਾਲੇ ਪਾਸੇ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ। ਅਤੇ ਸਾਨੂੰ ਆਉਣਾ ਚਾਹੀਦਾ, ਮੈਨੂੰ ਲੱਗਦਾ ਯਾਰ ਪੰਜਾਬ ਨੂੰ ਆਪਾਂ ਨੂੰ ਖਾਸ ਕਰਕੇ ਆਪਾਂ ਨੂੰ ਆਪਣੀਆਂ ਇਤਿਹਾਸਿਕ ਚੀਜ਼ਾਂ ਦੇਖਣੀਆਂ ਚਾਹੀਦੀਆਂ। ਸਾਨੂੰ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਲਖਪਤ ਹੈ ਕਿੱਥੇ ਆ ਜਾਂ ਕਿਵੇਂ, ਹੈ ਨਾ।
ਤੇ ਮੈਂ ਸਾਰਿਆਂ ਨੂੰ ਮਤਲਬ ਬੇਨਤੀ ਕਰਦਾ, ਇੱਕ ਰਿਕਮੈਂਡ ਨਹੀਂ ਪਹਿਲਾਂ ਦਾ ਰਿਕਮੈਂਡ ਕਰਦਾ, ਮੈਂ ਐਤਕੀ ਬੇਨਤੀ ਕਰਦਾ ਕਿ ਜ਼ਰੂਰ ਆਓ ਇਸ ਜਗ੍ਹਾ 'ਤੇ, ਆਪਣਾ ਇਤਿਹਾਸ ਦੇਖੋ ਘੁੰਮਣ ਫਿਰਨ ਦੇ ਨਾਲ ਨਾਲ। ਅਸੀਂ ਆਪਣਾ ਮਤਲਬ ਜਿੱਥੇ ਸਾਡੇ ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ, ਜਿੱਥੋਂ ਜਿੱਥੋਂ ਲੋਕਾਂ ਕੋਲ ਉਪਦੇਸ਼ ਦਿੰਦੇ ਰਹੇ ਆ, ਲੋਕਾਂ ਨਾਲ ਡਾਇਲੋਗ ਕਰਦੇ ਰਹੇ, ਆਪਾਂ ਉਹ ਜਗ੍ਹਾ 'ਤੇ ਜਾਈਏ, ਉਹ ਜਗ੍ਹਾ ਦੇਖੀਏ, ਉੱਥੋਂ ਦੇ ਲੋਕਾਂ ਨੂੰ ਮਿਲੀਏ, ਹੈ ਨਾ। ਅਤੇ ਇਹ ਵਲੋਗ ਦੇ ਵਿੱਚ ਇੰਨਾ ਹੀ, ਫਿਰ ਮਿਲਾਂਗੇ ਕਿਸੇ ਨਵੇਂ ਵਲੋਗ ਦੇ ਵਿੱਚ। ਤਦ ਤੱਕ ਅਲਵਿਦਾ।